समा हो गए इन्या मुछा रखन अनु बदानन उनु 12 साल हो गए जी 12 साल हो गए हां जी पहला 25 साल दी उम्र मुछा रखी जी मैं मेरी साली ने मजाक नाल मुछा काटती थी अच्छा सुते हुई थी एक बार एक बत्ती सेड़ती दो बारी कैंची मारती ओदे साली दे घरे जाना ही छड़दा मैं ਨਹੀਂ ਜਦੋਂ ਸਾਲੀ ਨੇ ਤੁਰ ਕਹਿ ਰਿਹਾ ਮੁੱਛਾਂ ਕੱਟੀਆਂ ਕੈਂਚੀ ਨਾਲ ਉਦੋਂ ਕਿੰਨੀ ਸੀ ਉਦੋਂ ਵੀ ਲੰਬੀਆਂ ਸੀਗੀਆਂ ਇੰਨੇ ਕੱਟ ਸੀ ਅੱਛਾ 7 ਇੰਚ ਦੀ ਇੰਨੀ ਸੀ ਮੁੱਛਾਂ ਹਾਂ ਫਿਰ ਦੁਆਰ ਦੀ ਬਧਾਣੀ ਸ਼ੁਰੂ ਕੀਤੀ ਹਾਂ ਸਾਲੀ ਨੇ ਸਾਲੇ ਦੇ ਵਿਆਹ ਤੇ ਗਿਆ ਸੀ ਫਿਰ ਸਾਲੀ ਨੇ ਸਿੱਧੀ ਕੈਂਚੀ ਮਾਰਤੀ ਨਾਈ ਦਾ ਕੰਮ ਸਿੱਖੀ ਹੋਈ ਸੀ ਅੱਛਾ ਫਿਰ ਕੱਟਦੀ ਇਹ ਸ਼ੌਂਕ ਕਿਵੇਂ ਪਿਆ ਕਿੰਨੀ ਲੰਬੀਆਂ ਮੁੱਛਾਂ ਰੱਖਣੀਆਂ ਆ ਕੁਦਰਤ ਦਾ ਸ਼ੌਂਕ ਹੋ ਗਿਆ ਜੀ ਕੁਦਰਤ ਦਾ ਸ਼ੌਂਕ ਹਾਂਜੀ ਹਾਂਜੀ अच्छा वैसे जो तो बच्चे जिम्मे थोड़े ने वो कहंदे ने पापा कि मुछा बढ़ाईया हुई इतनी वदिया और बच्चे कुछ नहीं कहंदे बस बाहर वाले बच्चे भी देख के खुश हो जांदे देख के मैं एक बार स्कूल ले गया उठे जाके बच्चे सारे बाहर आ गए चलो मुछा ले अंकल जी आके फोटो खिचाई मैं खिचा लो अच्छा तुसी बॉम्बे गए सीगे उठे दिलीप कुमार ना थोड़ा जा किस्सा मैं चाहूंगी तुसी जरूर दर्शकों नु दसो की होया सीगा बॉम्बे घूमन गया ही मैं बांद्रा स्टेशन दे बाहर उठे जा बिंदा ही दिलीप कुमार आ गए एकदम लाल गड्डी ले गए ਉਹਨੂੰ ਦੇਖਿਆ ਵਾਹ ਮੁੱਛਾ ਵਾਲੇ ਭਾਈ ਕਿੱਥੋਂ ਆਏ ਤੁਸੀਂ ਮੈਂ ਕਿਹਾ ਮੈਂ ਲੁਧਿਆਣੇ ਆਇਆ ਉਹ ਲਾ ਬੈਠ ਘਰੇ ਜਾ ਕੇ ਚਾਹ ਪੀ ਮਤਲਬ ਦਿਲੀਪ ਕੁਮਾਰ ਤੁਹਾਡੇ ਮੁੱਛਾ ਦੇ ਫਿਦਾ ਹੋ ਗਏ ਤੁਹਾਨੂੰ ਘਰੇ ਲੈ ਗਏ ਹਾਂਜੀ ਹਾਂਜੀ ਘਰੇ ਲੈ ਕੇ ਗਏ ਚਾਹ ਪਾਣੀ ਪਲਾਈ ਸੇਵਾ ਕੀਤੀ ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਹਰਸ਼ ਕੌਰ ਇਸ ਵੇਲੇ ਅਸੀਂ ਲੁਧਿਆਣੇ ਚਾਹ ਜਿੱਥੇ ਸ਼ਖਸ ਨਾਲ ਮਿਲਾਵਾਂਗੇ ਜਿਸ ਦੀਆਂ ਮੁੱਛਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਲੰਬੀਆਂ ਕਾਫੀ ਨੂੰ ਜਿਹੜਾ ਕਿ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੇ ਕਿ ਸ਼ੌਂਕ ਹੁੰਦਾ ਉਸੇ ਤਰ੍ਹਾਂ ਹੀ ਇਹਨਾਂ ਦਾ ਸ਼ੌਂਕ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕਿੰਨਾ ਸਮਾਂ ਹੋ ਗਿਆ ਇੰਨੀਆਂ ਮੁੱਛਾਂ ਰੱਖਣ ਨੂੰ ਇਹਨੂੰ ਬਦਾਨ ਨੂੰ ਉਹਨੂੰ 12 ਸਾਲ ਹੋ ਗਏ ਜੀ 12 ਸਾਲ ਹੋ ਗਏ ਹਾਂਜੀ ਅੱਛਾ ਪਹਿਲਾਂ 25 ਸਾਲ ਦੀ ਉਮਰ ਵਿੱਚ ਮੁੱਛਾਂ ਰੱਖੀ ਸੀ ਮੈਂ ਮੇਰੀ ਸਾਲੀ ਨੇ ਮਜ਼ਾਕ ਨਾਲ ਮੁੱਛਾਂ ਕੱਟਤੀ ਸੀ ਅੱਛਾ ਸੁੱਤੇ ਹੋਈ ਦੀ ਇੱਕ ਵਾਰ ਇੱਕ ਬੱਤੀ ਸੇੜਤੀ ਦੋ ਵਾਰੀ ਕੈਂਚੀ ਮਾਰਤੀ ਉਹਦੇ ਸਾਲੀ ਦੇ ਘਰੇ ਜਾਣਾ ਹੀ ਛੱਡਦਾ ਮੈਂ ਅੱਛਾ ਹਾਂਜੀ ਤੇ ਫਿਰ ਉਸ ਤੋਂ ਬਾਅਦ ਰੱਖਣੀ ਸ਼ੁਰੂ ਕਰੀ ਹਾਂਜੀ ਦੁਬਾਰਾ ਸ਼ੁਰੂ ਕੀਤੀ 12 ਸਾਲ ਹੋ ਗਏ ਹਾਂਜੀ ਤੇ ਨਹੀਂ ਜਦੋਂ ਸਾਲੀ ਨੇ ਤੁਰਤੀ ਕਹਿ ਰਿਹਾ ਮੁੱਛਾਂ ਕੱਟੀਆਂ ਕੈਂਚੀ ਨਾਲ ਉਦੋਂ ਕਿੰਨੀ ਸੀਗੀ ਉਦੋਂ ਵੀ ਲੰਬੀਆਂ ਸੀਗੀਆਂ ਇੰਨੇ ਕੱਟ ਸੀ ਅੱਛਾ 7 ਇੰਚ ਦੀ ਇੰਨੀ ਸੀ ਮੁੱਛਾਂ ਹਾਂ ਉਹ ਫਿਰ ਦੁਬਾਰਾ ਦੀ ਬਧਾਣੀ ਸ਼ੁਰੂ ਕੀਤੀ ਹਾਂ ਸਾਲੀ ਨੇ ਸਾਲੇ ਦੇ ਵਿਆਹ ਤੇ ਗਿਆ ਸੀ ਹਾਂ ਫਿਰ ਸਾਲੀ ਨੇ ਸਿੱਧੀ ਹੋਈ ਕੈਂਚੀ ਮਾਰਤੀ ਨਾਈ ਦਾ ਕੰਮ ਸਿੱਖੀ ਹੋਈ ਸੀ ਅੱਛਾ ਆ ਫੇਰ ਕੱਟਦੀ ਫੇਰ ਮੂਡ ਖਰਾਬ ਹੋ ਗਿਆ ਹਾਂ ਇਹ ਦੁਆਰ ਦੇ ਫੇਰ ਦੁਆਰ ਦੀ ਫੇਰ ਸਾਲੇ ਵਿਆਹ ਦੇ ਬਾਅਦ ਫੇਰ ਬਾਅਦ ਜੋ ਮੁੱਛਾ ਵੇ ਵਧਾਈ ਆ ਇਹਨੇ 3 ਵਾਰੀ ਕੰਮ ਕੀਤਾ ਖਰਾਬ ਹਾਂ ਮੈਂ ਜਾਣਾ ਛੱਡਤਾ ਸਾਲੀ ਦੇ ਘਰੇ ਇਹ ਸ਼ੌਂਕ ਕਿਵੇਂ ਪਿਆ ਕਿੰਨੀ ਲੰਬੀਆਂ ਮੁੱਛਾਂ ਰੱਖਣੀਆਂ ਆ ਕੁਦਰਤ ਦਾ ਸ਼ੌਂਕ ਹੋ ਗਿਆ ਜੀ ਕੁਦਰਤ ਦਾ ਸ਼ੌਂਕ ਹਾਂਜੀ ਹਾਂਜੀ ਤੇ ਕੀ ਮਨ ਦੇ ਵਿੱਚ ਆਇਆ ਵੈਸੇ ਮੈਂ ਤੇਨੀਆਂ ਲੰਬੀਆਂ ਲੰਬੀਆਂ ਰੱਖਣੀਆਂ ਮੈਂ ਕਹਾ ਜਬ ਤੱਕ ਜ਼ਿੰਦਗੀ ਬੰਧਾਂਦੇ ਰਹਾਂਗਾ ਮੁੱਛਾਂ ਅੱਛਾ ਅਦਾ ਸਾਲੀ ਨੇ ਮਜ਼ਾਕ ਨਾਲ ਮੁੱਛਾਂ ਕੱਟਦੀ ਆ 3 ਵਾਰੀ ਮੈਂ ਜਾਣਾ ਛੱਡਦਾ ਫੇਰ ਮੁੱਛਾਂ ਨਾਲ ਮੁੱਛਾ ਨਾਲ ਆਪਣਾ ਪਿਆਰ ਬੋਲ ਅੱਛਾ ਸੈੱਟ ਕਰਨ ਚ ਕਿੰਨਾ ਟਾਈਮ ਲੱਗਦਾ ਹੈ ਜਿਸ ਤਰ੍ਹਾਂ ਤੁਸੀਂ ਸੈੱਟ ਮੈਨੂੰ 2 ਘੰਟੇ ਲੱਗ ਜਾਂਦੇ ਸਵੇਰੇ ਸਵੇਰੇ ਮੈਂ ਉੱਠ ਜਾਂਦਾ 6 ਵਜੇ ਹਾਂ ਗੰਗਾ ਮਈਆ ਆ ਜਾਂਦੀ ਨਹਾ ਧੋ ਕੇ 7 ਵਜੇ ਮੁੱਛਾ ਨਹੀਂ ਸਵੈਟ ਕਰ ਜਾਂਦਾ ਮੈਂ 7 ਕਰਦੇ 9 ਵਜ ਜਾਂਦੇ ਆ ਅੱਛਾ ਆ 10 ਵਜੇ ਆਪਣੀ ਡਿਊਟੀ ਜੇ ਅੱਛਾ 2 ਘੰਟੇ ਸਪੈਸ਼ਲ ਇਹਦੇ ਲਈ ਉੱਠਦੇ ਹੋ ਕਿ ਮੁੱਛਾ ਸੈੱਟ ਕਰਨੀ ਹੈ ਹਾਂਜੀ ਹਾਂਜੀ ਤੇ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਉਹ ਕੀ ਕਹਿੰਦੇ ਆ ਮਾ ਪਰਿਵਾਰ ਖੁਸ਼ ਹੁੰਦੇ ਆ ਬੱਚੇ ਦੇਖ ਕੇ ਖੁਸ਼ ਕਿਤੇ ਵੀ ਨਾ ਬੱਚੇ ਖੇਲਣ ਲੱਗ ਜਾਂਦੇ ਦੇਖ ਕੇ ਉਹ ਆ ਗਿਆ ਮੁੱਛਾ ਵਾਲਾ ਅੰਕਲ ਜੀ ਸਲਾਮੀ ਦਿੰਦੇ ਮਨ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਫੋਟੋਆਂ ਵੀ ਖਿਚਾਉਂਦੇ ਮੈਂ ਸੁਣਿਆ ਤੁਹਾਡੇ ਨਾਲ ਹਾਂਜੀ ਬਹੁਤ ਫੋਟੋ ਖਿੱਚਣ ਵਾਲੇ ਆਂਦੇ ਬੜੇ ਹੁਣ ਅਖਬਾਰ 'ਚ ਫੋਟੋ ਆਈ ਹੋਈ ਮੇਰੀ ਅੱਛਾ ਹਾਂਜੀ ਹਾਂਜੀ ਬੜਾ ਵਧੀਆ ਲੱਗਿਆ ਹਾਂਜੀ ਬਹੁਤ ਆਂਦੇ ਫੋਟੋ ਖਿੱਚਣ ਵਾਲੇ ਹਾਂਜੀ ਅੱਛਾ ਵੈਸੇ ਜਦੋਂ ਬੱਚੇ ਦੇ ਜਿਵੇਂ ਤੁਹਾਡੇ ਨੇ ਉਹ ਕਹਿੰਦੇ ਨੇ ਪਾਪਾ ਇਹ ਕਿ ਮੁੱਛਾਂ ਵੜਾਈਆਂ ਹੋਈਆਂ ਇੰਨੀਆਂ ਵਧੀਆਂ ਉਹ ਬੱਚੇ ਕੁਝ ਨਹੀਂ ਕਹਿੰਦੇ ਬਸ ਬਾਹਰ ਵਾਲੇ ਬੱਚੇ ਵੀ ਦੇਖ ਕੇ ਖੁਸ਼ ਹੋ ਜਾਂਦੇ ਦੇਖ ਕੇ ਮੈਂ ਇੱਕ ਵਾਰ ਸਕੂਲੇ ਗਿਆ ਉੱਥੇ ਜਾ ਕੇ ਬੱਚੇ ਸਾਰੇ ਬਾਹਰ ਆ ਗਏ ਹਾਂ ਬੋਲੋ ਮੁੱਛਾਂ ਵਾਲੇ ਅੰਕਲ ਜੀ ਆ ਕੇ ਫੋਟੋ ਖਿਚਾਈ ਮੈਂ ਖਿਚਾ ਲਵਾਂ ਅੱਛਾ ਅੱਛਾ ਹਾਂਜੀ ਤੇ ਹੁਣ ਆਈ ਲੰਬੀਆਂ ਰੱਖੀਆਂ ਹਾਂਜੀ 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 ਕਿਤੇ ਵੀ ਜਿਲ੍ਹਾ ਬੱਸ ਸਟੈਂਡ ਰੇਲਵੇ ਸਟੇਸ਼ਨ ਉੱਥੇ ਫੋਟੋ ਖਿੱਚ ਲੱਗ ਜਾਂਦੇ ਮੈਂ ਕਿਹਾ ਚਲੋ ਜੀ ਔਰ ਜਿਹੜੇ ਸ਼ੌਂਕ ਪਏ ਉਹ ਹੀ ਲੱਗਿਆ ਕਿ ਹਾਂ ਮੈਂ ਵਧਾਉਣੀਆਂ ਨੇ ਮੁੱਛਾਂ ਹੈ ਹਾਂਜੀ ਹੁਣੀ ਵਧਾਣੀਆਂ ਜਦ ਤੱਕ ਜ਼ਿੰਦਗੀ ਪਈ ਹੈ ਹਾਂ ਬਣਾ ਦੇਣਾ ਇੱਕ ਮੁੱਛ 100 ਫੁੱਟ ਦੀ ਹੈ ਅੱਛਾ ਦੋਨੋਂ ਮੁੱਛ 2.5 ਫੁੱਟ ਦੀ ਹੈ ਠੀਕ ਹੈ ਅੱਛਾ ਫਿਰ ਇੱਕ ਸੁਣਿਆ ਕਿ ਜਦੋਂ ਅਸੀਂ ਆਏ ਸੀਗੇ ਪਹਿਲਾਂ ਵੀ ਜਦੋਂ ਬਰਸਾਤ ਹੁੰਦੀ ਹੈ ਉਦੋਂ ਮੁੱਛਾਂ ਤੁਸੀਂ ਖੜਾਉਂਦੇ ਨਹੀਂ ਹੈ ਨਹੀਂ ਬਰਸਾਤ 'ਚ ਪਾਣੀ ਨਾਲ ਢਿੱਲੀ ਹੋ ਜਾਂਦੀ ਮੁੱਛਾਂ ਅੱਛਾ ਫਿੱਟ ਨਹੀਂ ਹੁੰਦੀ ਮੁੱਛਾਂ ਜਿੰਨੀ ਮਰਜ਼ੀ ਉਹ ਲਾ ਲਓ 2 ਘੰਟੇ ਲੱਗ ਜਾਂਦੇ ਪਰ ਫਿੱਟ ਨਹੀਂ ਹੁੰਦੀ ਜਦੋਂ ਉਹ ਸੂਰਜ ਚਮਕਦਾ ਜਦੋਂ ਮੁੱਛਾਂ ਫਿੱਟ ਹੁੰਦੀ ਹੈ ਮੁੱਛਾਂ ਖੜੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਆਕੜੀ ਵੀ ਹੈ ਦੇਖੋ 2 ਘੰਟੇ ਲੱਗ ਜਾਂਦੇ ਫਿੱਟ ਕਰਨ ਅੱਛਾ ਧਿਆਨ ਪੂਰਾ ਰੱਖ ਦਿਓ ਫਿਰ ਹਾਂਜੀ ਉਹਨੂੰ ਬੜਾ ਪਿਆਰ ਨਾਲ ਰੱਖਣਾ ਪੜਦਾ ਹਾਂਜੀ ਹਾਂਜੀ ਕਿਤੇ ਵੀ ਜਾਈਏ ਫੋਟੋ ਖਿੱਚ ਮੈਂ ਕਿਹਾ ਚਲੋ ਜੀ ਖਿੱਚ ਲਓ ਪਿਕਸ ਵਗੈਰਾ ਸਾਰੀ ਸੈੱਟ ਕੀਤੀ ਜਾਂਦਾ ਹਾਂਜੀ 2 ਘੰਟੇ ਲੱਗ ਜਾਂਦੇ ਸਵੇਰੇ ਹਾਂ ਤੁਹਾ ਦਿਲ ਖੋਜਣ ਸ਼ਾਮੀ ਪਾਣੀ ਢਿੱਲੀ ਕਰ ਜਾਂਦੇ ਆ ਹਾਂ ਅੱਧਾ ਘੰਟਾ ਲੱਗਦਾ ਪਾਣੀ ਢਿੱਲੀ ਕਰਨ ਨੂੰ ਢਿੱਲੀ ਹੋ ਜਾਂਦੀ ਆ ਅੱਛਾ ਜਦੋਂ ਗਰਮੀ ਹੁੰਦੀ ਆ ਉਦੋਂ ਕੀ ਕਰਦੇ ਹੋ ਫਿਰ ਗਰਮੀ 'ਚ ਹਵਾ ਚਾਹੀਦੀ ਠੰਡੀ ਹਵਾ ਹਵਾ ਨਾਲ ਸੁੱਕ ਜਾਂਦੀ ਆ
ਫੇਰ ਖੜੀ ਜਾਂਦੀ ਮੁੱਛਾਂ ਸਾਰੀ ਚੜੀ ਤੇ ਤੂੰ ਸੁਣਿਆ ਕਿ ਤੁਸੀਂ ਕੰਨ ਦੇ ਪਿੱਛੇ ਵੀ ਕਰਦੇ ਹੋ ਫੇਰ ਕੀ ਕਰਦੇ ਨਹੀਂ ਨਹੀਂ ਕੰਨੇ ਲਪੇੜੇ ਜਾਂਦੇ ਆ ਸ਼ਾਮੀ ਹਾਂਜੀ ਹਾਂਜੀ ਸ਼ਾਮੇ ਸੇਵਾ ਨੂੰ ਮੁੱਛਾਂ ਨੂੰ ਧੋ ਕੇ ਪਾਣੀ ਕੰਨ 'ਚ ਲਪੇੜੇ ਜਾਂਦੇ ਆ ਇਹਨੂੰ ਖੁੱਲ੍ਹਾ ਛੱਡ ਜਾਂਦੇ ਗੱਟ ਲੱਗ ਜਾਂਦੀ ਹੈ ਅੱਛਾ ਜੋ ਤੁਸੀਂ ਆਉਂਦੇ ਜਾਂਦੇ ਹੋ ਤੇ ਕੰਨ 'ਚ ਲਪੇੜ ਲੈਂਦੇ ਹੋ ਹੈ ਹਾਂਜੀ 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 ਦੋਨੋਂ ਪਾਸੇ ਹਾਂਜੀ ਕੋਨੋਂ ਵਾਂ ਫਿੱਟ ਕਰੋ ਕੰਨ 'ਚ ਪੈਣੇ ਦਾ ਫਿੱਟ ਕਰਨੀ ਹੈ ਅੱਧੇ ਦਾ ਲੈਂਟਰ ਪਾਉਂਦੇ ਆ ਅੱਧਾ ਅੱਧਾ ਲੈਂਟਰ ਫਿੱਟ ਪਾਉਂਦਾ ਲੈਂਟਰ ਵਾਂ ਇੱਕ ਫਿਰ ਉੱਪਰ ਖੜੀ ਕਰਨੀ ਹੈ ਲੈਂਟਰ ਵਾਂ ਫਿਰ ਉੱਪਰ ਉੱਤੇ ਆ ਫਿਰ ਖੜੀ ਹੁੰਦੀ ਹੈ ਅੱਛਾ ਮੌਸਮ ਦੇ ਨਾਲ ਮੁੱਛਾਂ ਦਾ ਪੂਰਾ ਧਿਆਨ ਰੱਖਦੇ ਹੋ ਹਾਂਜੀ ਠੰਡ 'ਚ ਧੁੱਪ ਚਾਹੀਦੀ ਵਧੀਆ ਹਾਂਜੀ 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 ਔਰ ਗਰਮੀ 'ਚ ਚਾਹੀਦੀ ਹਵਾ ਠੰਡੀ ਹਵਾ ਤੇ ਲੋਕੀ ਵੀ ਕਾਫੀ ਪਸੰਦ ਕਰਦੇ ਜਿਵੇਂ ਵੀਡੀਓ ਦੇਖ ਕੇ ਕਾਫੀ ਪਸੰਦ ਕਰਦੇ ਕੀ ਕਹੋਗੇ ਉਹਨਾਂ ਨੂੰ ਫਿਰ ਤੁਸੀਂ ਉਹ ਦੇਖਦੇ ਮੁੱਛਾਂ ਨੂੰ ਦੇਖ ਕੇ ਨਾਮ ਦੇਖ ਜਾਂਦੇ ਆ ਮੁੱਛਾਂ ਤਾਂ ਕੁੰਦ ਲਾਲ ਦਾ ਸੀ ਹੋਵੇ ਨਾ ਹਾਂ ਬੜੇ ਆਉਂਦੇ ਦੇਖਣ ਐਸ ਪੀ ਆਉਂਦੇ ਡੀ ਐਸ ਪੀ ਆਉਂਦੇ ਦੇਖ ਕੇ ਬੋਲੇ ਵਾਹ ਮੁੱਛਾਂ ਵਾਲੇ ਫੌਜੀ ਸਾਹਿਬ ਤੇਰੇ ਵਜੋਂ ਪੰਜਾਬ 'ਚ ਕੋਈ ਹੈ ਨਹੀਂ ਅੱਛਾ ਤੁਸੀਂ ਬੰਬੇ ਗਏ ਸੀਗੇ ਉੱਥੇ ਦਿਲੀਪ ਕੁਮਾਰ ਨਾਲ ਥੋੜ੍ਹਾ ਜਿਹਾ ਕਿੱਸਾ ਮੈਂ ਚਾਹੂੰਗੀ ਤੁਸੀਂ ਜ਼ਰੂਰ ਦਰਸ਼ਕਾਂ ਨੂੰ ਦੱਸੋ ਕੀ ਹੋਇਆ ਸੀਗਾ ਉੱਥੇ ਦਿੱਲੀ ਉਹ ਬੰਬੇ ਘੁੰਮਣ ਗਿਆ ਸੀ ਮੈਂ ਬਾਂਦਰਾ ਸਟੇਸ਼ਨ ਦੇ ਬਾਹਰ ਉੱਥੇ ਜਾ ਪੈਂਦਾ ਸੀ ਦਿਲੀਪ ਕੁਮਾਰ ਆ ਗਏ ਕਿਦਮ ਲਾਲ ਗੱਡੀ ਲੈ ਗਏ ਮੈਨੂੰ ਦੇਖਿਆ ਵਾਹ ਮੁੱਛਾਂ ਵਾਲੇ ਭਾਈ ਕਿੱਥੋਂ ਆਏ ਤੁਸੀਂ ਮੈਂ ਕਿਹਾ ਮੈਂ ਲੁਧਿਆਣੇ ਆਇਆ ਉਹ ਲਾ ਬੈਠ ਘਰੇ ਜਾ ਕੇ ਚਾਹ ਪੀ ਉਹਨੇ ਜਿੱਤ ਕੀਤੀ ਬਹੁਤ ਸੇਵਾ ਬਹੁਤ ਕੀਤੀ ਨੇ ਦਿਲੀਪ ਕੁਮਾਰ ਨੇ ਮਤਲਬ ਦਿਲੀਪ ਕੁਮਾਰ ਤੁਹਾਡੇ ਮੁੱਛਾਂ ਦੇ ਫਿਦਾ ਹੋ ਗਏ ਤੁਹਾਨੂੰ ਘਰੇ ਲੈ ਗਏ ਹਾਂਜੀ ਹਾਂਜੀ ਘਰੇ ਲੈ ਕੇ ਗਏ ਚਾਹ ਪਾਣੀ ਪਿਲਾਈ ਸੇਵਾ ਕੀਤੀ ਮੇਰੀ ਡੈਡੀ ਮੰਮੀ ਜਾਂਦੇ ਰਹਿੰਦੇ ਬੰਬੇ ਦਿਲੀਪ ਕੁਮਾਰ ਦੇ ਘਰੇ ਉੱਥੇ ਚਾਹ ਪਾਣੀ ਪੀ ਕੇ ਆਉਂਦੇ ਸੇਵਾ ਕਰਦੇ ਬਹੁਤ ਮਤਲਬ ਪਹਿਲੀ ਵਾਰ ਦੇਖਿਆ ਸੀਗਾ ਉੱਥੇ ਤੁਹਾਨੂੰ ਹਾਂਜੀ ਪਹਿਲੀ ਵਾਰ ਹੀ ਮਿਲਿਆ ਮਤਲਬ ਹੁਣ ਪਹਿਲੀ ਵਾਰ ਦੇਖਿਆ ਕਿਸ ਤਰ੍ਹਾਂ ਮੁੱਛਾਂ ਲੰਬੀਆਂ ਹੁਣ ਤੁਹਾਡਾ ਰਿਸ਼ਤਾ ਇੱਕ ਤਰਫ ਵਧੀਆ ਬਣ ਗਿਆ ਹੈ ਉਹਨਾਂ ਨਾਲ ਉਹ ਕਹਿੰਦਾ ਮੁੱਛਾਂ ਦੇਖ ਕੇ ਤੇਰਾ ਨਜ਼ਾਰਾ ਆ ਗਿਆ ਉਹਨੇ ਬੜੀ ਖੁਸ਼ ਹੋ ਕੇ ਫੋਟੋ ਖਿਚਾਈ ਹਾਂ ਔਰ ਸਾਰੇ ਬੋਟੇ ਵੀ ਨਾਲ ਦੀ ਹਾਂ ਬੜੇ ਖੁਸ਼ ਹੋ ਕੇ ਫੋਟੋ ਖਿਚਾਈ ਮੇਰੇ ਨਾਲ ਦਿਲੀਪ ਕੁਮਾਰ ਨੇ ਤੇ ਹੁਣ ਵਧੀਆ ਆਈ ਪੈ ਗਈ ਹੈ ਨਾ ਹਾਂਜੀ ਹਾਂਜੀ ਆਉਣੀ ਉਹ ਤਾਂ ਰੱਬ ਦੇ ਪਿਆਰੇ ਹੋ ਗਏ ਉਹਨੇ ਦਿਲੀਪ ਕੁਮਾਰ ਆਉਣੀ ਦੀ ਬੋਟੇ ਨੂੰ ਮਿਲ ਕੇ ਆਵਾਂਗੇ ਅੱਛਾ ਚਲੋ ਤਾਂ ਧਰਮਿੰਦਰ ਵੀ ਮਿਲ ਕੇ ਆਉਂਦੇ ਧਰਮਿੰਦਰ ਜੱਕੀ ਸ਼ਰਾ ਬੜੇ ਖੁਸ਼ ਹੋ ਕੇ ਮਿਲਦੇ ਕੋਠੀ 'ਤੇ ਤੁਸੀਂ ਧਰਮਿੰਦਰ ਸਾਹਿਬ ਨੂੰ ਵੀ ਮਿਲੇ ਹੋ ਹਾਂਜੀ ਉਹਨਾਂ ਨੇ ਵੀ ਮੁੱਛਾਂ ਦੇਖ ਕੇ ਹਾਂ ਬੜੇ ਖੁਸ਼ ਹੋ ਕੇ ਮਿਲੇ ਉਹ ਵੀ ਕਿੱਸਾ ਜ਼ਰੂਰ ਦੱਸ ਦਿਓ ਕਿਵੇਂ ਮਿਲੇ ਅਭੀ ਤਾਂ ਵਜੇ ਨਹੀਂ ਮਿਲਿਆ ਬਸ ਹਾਂ ਨਹੀਂ ਧਰਮਿੰਦਰ ਸਾਹਿਬ ਨੂੰ ਕਿਸ ਤਰ੍ਹਾਂ ਮਿਲੇ ਉਹ ਕਿੱਸਾ ਜ਼ਰੂਰ ਦੱਸੋ ਉੱਥੇ ਦਿਲੀਪ ਕੁਮਾਰ ਦੇ ਘਰੇ ਗਏ ਸੀ ਔਰ ਡੈਡੀ ਨੇ ਡਰੈਸ ਦਿੱਤਾ ਸੀ ਹਾਂ ਅਤੇ ਦਿਲੀਪ ਕੁਮਾਰ ਧਰਮਿੰਦਰ ਦੀ ਕੋਠੀ ਘੁੰਮੇ ਜੀ ਹਾਂ ਫਿਰ ਧਰਮਿੰਦਰ ਦੀ ਕੋਠੀ ਮਿਲ ਕੇ ਆਇਆ ਉਹਲੇ ਕਿੱਥੋਂ ਆਏ ਮੈਂ ਲੁਧਿਆਣੇ ਆਇਆ ਉਹ ਕਹਿੰਦਾ ਡੈਡੀ ਮੰਮੀ ਦੀ ਫੋਟੋ ਦਿਖਾਈ ਮੈਂ ਬੋਲ ਅੱਛਾ ਅੱਛਾ ਲੁਧਿਆਣੇ ਦੇ ਆ ਉਹ ਆ ਬੈਠੋ ਉਹ ਤੁਹਾਨੂੰ ਜਾਣਦੇ ਸੀ ਤੁਹਾਡੇ ਡੈਡੀ ਮੰਮਾ ਨੂੰ ਜਾਣਦੇ ਸੀ ਹਾਂ ਡੈਡੀ ਮੰਮੀ ਜਾਣਦੇ ਰਹਿੰਦੇ ਆ ਮਿਲਣ ਦੇ ਧਰਮਿੰਦਰ ਸਰ ਨੂੰ ਹਾਂਜੀ ਹਾਂਜੀ ਇਹ ਕਿਵੇਂ ਰਿਸ਼ਤਾ ਬਣਿਆ ਕਿਵੇਂ ਜਾਣਨ ਲੱਗੇ ਤੁਸੀਂ ਉਹਨਾਂ ਨੂੰ ਬਸ ਡੈਡੀ ਰੇਲਵੇ ਡਰਾਈਵਰ ਹੈ ਹਾਂ ਰਿਟਾਇਰ ਹੋ ਗਏ ਆ ਹਾਂ ਉਹ 5 ਸਾਲ 'ਚ ਜਾਂਦੇ ਰਹਿੰਦੇ ਘੁੰਮਣ ਫਿਰਨ ਅਗਰ ਧਰਮਿੰਦਰ ਦੇ ਕੋਠੀ ਚਲੇ ਗਏ ਜਾਕੀ ਸ਼ਰਾਬ ਦੇ ਚਲੇ ਗਏ ਧਰਮਿੰਦਰ ਬਾਕੀ ਤਾਂ ਜਾਣ ਨਹੀਂ ਪਾਉਂਦੇ ਬਹੁਤ ਲੋਕ ਮਿਲਣ ਜਾਂਦੇ ਆ ਧਰਮਿੰਦਰ ਸਰ ਨੂੰ ਪਰ ਅੰਦਰ ਨਹੀਂ ਵੜਨ ਦਿੰਦੇ ਫਿਰ ਤੁਹਾਨੂੰ ਕਿਵੇਂ ਅੰਦਰ ਆਣ ਦਿੰਦੇ ਆ ਉਹਨੇ ਦਿਖਾਤਾ ਸੀ ਮੈਂ ਕਹਿੰਦਾ ਸੀ ਲੁਧਿਆਣੇ ਆਏ ਆ ਉਹਨੇ ਸੁਣਿਆ ਅੱਛਾ ਤਾਂ ਲੁਧਿਆਣੇ ਦੇ ਆ ਜਾਓ ਲੁਧਿਆਣੇ ਵਾਲੇ ਅੰਦਰ ਆ ਜਾਓ ਮਤਲਬ ਤੁਹਾਨੂੰ ਜਾਣਦੇ ਨਹੀਂ ਸੀ ਲੁਧਿਆਣੇ ਗਿਆ ਤੁਹਾਨੂੰ ਅੰਦਰ ਲੈ ਆਏ ਹਾਂਜੀ ਹਾਂਜੀ ਬੜੀ ਇੱਜ਼ਤ ਕੀਤੀ ਆ ਸੰਨੀ ਦੇਵਲ ਧਰਮਿੰਦਰ ਨੇ ਬੜੀ ਇੱਜ਼ਤ ਕੀਤੀ ਆ ਅੱਛਾ ਦਿਲੀਪ ਕੁਮਾਰ ਹੀ ਬੰਦਾ ਵਧੀਆ ਸੀ ਉਹ ਤਾਂ ਰੱਬ ਦਾ ਪਿਆਰਾ ਹੋ ਗਿਆ ਸਾਨੂੰ ਚੰਗਾ ਲੱਗਦਾ ਬੰਦੇ ਇੱਜ਼ਤ ਕਰਦੇ ਬਹੁਤ ਤਾਂ ਜਿਸ ਤਰ੍ਹਾਂ ਕਾਫੀ ਲੋਕਾਂ ਨੂੰ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਵੱਖ ਵੱਖ ਸ਼ੌਂਕ ਹੁੰਦੇ ਉਸੇ ਤਰ੍ਹਾਂ ਤੁਸੀਂ ਇਹਨਾਂ ਦਾ ਸ਼ੌਂਕ ਦੇਖਿਆ ਕਿਸ ਤਰ੍ਹਾਂ ਲੰਬੀਆਂ ਮੁੱਛਾਂ ਕਹਿੰਦੇ 2 ਘੰਟੇ ਸਪੈਸ਼ਲ ਉੱਠਦੇ ਆ ਪਹਿਲਾਂ ਤਾਂ ਕਿ 2 ਘੰਟੇ ਇਹ ਮੁੱਛਾਂ ਨੂੰ ਫਿਕਸ ਕਰ ਸਕਣ ਹੋਰ ਵਧੀਆ ਅਪਡੇਟ ਸੀ ਤੁਸੀਂ ਦੇਖ ਦਿਓ ਜਾਣ ਟੱਚ ਕੈਮਰਾਮੈਨ ਰੋਹਨ ਨਾਲ ਮੈਂ ਹਰਸ਼ਕੌਰ